ਚੱਲ ਵੇ ਚੱਲ, ਸਾਡਾ ਕੰਮ ਵੀ ਕੁਸ਼ਤੀਆਂ ਲੈ, ਪਰ ਸਾਡੀਆਂ ਕੁਸ਼ਤੀਆਂ ਹਫ਼ਤੇ ਤੋਂ ਆਰ ਨੂੰ ਲੱਗਦੀਆਂ। ਮੇਰਾ ਨਾਂ ਹੈ ਬੁਲਬੁਲ ਤੇ ਮੈਂ ਨਹੀਂ ਮੰਨਦੀ, ਨਹੀਂ ਮੰਨਦੀ, ਮੈਂ ਨਹੀਂ ਮੰਨਦੀ। ਮੇਰਾ ਨਾਂ ਹੈ ਬੁਲਬੁਲ, ਮੈਂ ਤੈਨੂੰ ਕਿਹਾ ਮੈਂ ਨਹੀਂ ਮੰਨਦੀ, ਨਹੀਂ ਮੰਨਦੀ, ਨਹੀਂ ਮੰਨਦੀ। ਜਵਾਨ ਹੋਇਆ ਦੁਸ਼ਮਣ ਹੋ ਗਿਆ, ਕਿਉਂ ਮਾਰਨਾ ਪਿਆ? ਮੈਂ ਇਸ ਘਰ ਮੇਰੀ ਜਾਨ, ਅਸੀਂ ਵਿਆਹ ਕਰਕੇ ਖੁਸ਼ਹਾਲ ਹੋ ਜਾਵਾਂਗੇ, ਸਾਡਾ ਦਿਲ ਕਿੱਥੇ ਕਰ ਲਿਆ ਮੈਂ ਫੇਰ ਜਾਨ? ਕਿਹੜਾ ਇਲਾਕਾ ਫੇਰਦਾ ਰਿਹਾ? ਬਸ ਬਈ ਬਸ, ਮੇਰੀ ਜਾਨ, ਮੇਰੀ ਜ਼ਿੰਦਗੀ, ਮੈਂ ਤੇਰਾ ਘਰ ਕਿੱਦਾਂ ਸਰਾ? ਜਾਨ ਤੁਸੀਂ ਵਿਆਹ ਕਰਾ ਲਿਆ, ਭਰਾ ਨੂੰ ਦਵਾਈ ਲੈ ਦਿੰਦੇ? ਜਾਨ ਖਾਣਾ ਜਾਨ ਖਾਣਾ ਕੀ ਹੈ? ਜਾਨ ਮੈਨੂੰ ਪਤਾ ਨੀ ਜਿਹੜੀਆਂ 50 ਰੁਪਏ ਦੀਆਂ ਚਾਰ ਨੇ, ਪਤਾ ਨੀ ਜਾਨ ਹੁੰਦੇ, ਉਹ ਵੀ ਨੀ ਆਉਂਦੀਆਂ 50 ਦੀਆਂ। ਓਏ ਚੱਲ ਦੁਮਚੀਆਂ ਕੇ ਕਿੱਥੋਂ ਅਸੀਂ ਖਾਣੇ ਤਰਲੇ ਮਰਲੇ? ਤੇਨੇ ਦੁਮਚੀਆਂ ਨਾਲ ਤੇਨੇ ਕੁੱਕਣ ਲਾਵਾਂ? ਕਿਉਂ ਆਂਡੇ ਨਹੀਂ ਕਢਾਣੇ? ਅੱਛਾ ਜਾਨ, ਇਹ ਦੱਸੋ ਹਾਂਜੀ, ਅਸੀਂ ਸੁਹਾਗਰਾਤ ਕਿੱਥੇ ਮਨਾਵਾਂਗੇ? ਅਸੀਂ ਹਾਂਜੀ ਜਾਨ ਲੰਡਨ।
ਲੰਡਨ ਲੰਡਨ ਦੀਆਂ ਦੋ ਟਿਕਟਾਂ ਕਰਾ। ਮੈਂ ਨਹੀਂ ਮੰਨਦੀ, ਮੈਂ ਨਹੀਂ ਮੰਨਦੀ, ਮੈਂ ਨਹੀਂ ਮੰਨਦੀ। ਕੀ ਤਕਲੀਫ ਕੀ ਹੈ ਤੈਨੂੰ? ਬਾਜੀ ਅਸੀਂ ਭਾਈ ਫੇਰੂ ਮਨਾਵਾਂਗੇ। ਉੱਥੇ ਭਾਈ ਫਿਰ ਫਿਰ ਕੇ ਆਂਦਾ, ਫਿਰ ਫਿਰ ਕੇ। ਮੈਨੂੰ ਖਲੀਆਂ ਨਾ ਪਵਾ, ਮੈਂ ਸੁਹਾਗ ਰਾਤ ਵੀ ਮਨਾਣੀ। ਜਾਨ ਜਾਨ ਜੋ ਬੁਲਬੁਲ ਕੇ ਕੀ ਉਹੀ ਹੋਏਗਾ। ਭਾਈ ਫਿਰ ਉਹਦੀ ਬੱਸ ਦੀ ਛੱਤ ਦੀ ਟਿਕਟ ਕਰਾਵਾਂ। ਰਹਿਣ ਦੇ ਜਾਨ, ਤੁਹਾਡੇ ਅਕਾਊਂਟ 'ਚ ਮੈਂ 5 ਕਰੋੜ ਰੁਪਏ ਟ੍ਰਾਂਸਫਰ ਕਰ ਦਿੱਤਾ। ਮੈਂ ਨਹੀਂ ਮੰਨਦੀ, ਮੈਂ ਨਹੀਂ ਮੰਨਦੀ, ਮੈਂ ਨਹੀਂ ਮੰਨਦੀ। ਕਬੂਲ ਜਾਨ, ਤੁਹਾਡਾ ਮੇਰਾ ਵਿਆਹ ਹੋਇਆ, ਇੱਧਰ ਤੁਸੀਂ ਪਾਓਗੇ ਤੁਹਾਡੇ ਪਿੱਛੇ, ਮੈਂ ਮੇਰੇ ਪਿੱਛੇ ਭਾਵੇਂ ਪੈ ਜੇ। ਨਹੀਂ ਨਹੀਂ ਜਾਨ, ਵਿਚਕਾਰ ਬੁਲਬੁਲ, ਕਿਉਂਕਿ ਇਹਦੇ ਬਗੈਰ ਮੈਂ ਸਾਹ ਵੀ ਨਹੀਂ ਲੈਂਦੀ। ਇਹਨੇ ਮੈਨੂੰ ਨਹੀਂ ਲੈਣ ਦੇਣਾ। ਅੱਛਾ ਜਾਨ, ਉਹ ਸਭ ਕੁਝ ਓਕੇ ਹੋ ਜਾਏਗਾ, ਲੇਕਿਨ ਇੱਕ ਪ੍ਰੋਬਲਮ ਹੈ। ਵਾਟ ਹੈਪਨਡ? ਆਈ ਕੈਨਟ ਬਲੀਵ ਇਟ। ਆਈ ਡੋਨਟ ਲਾਈਕ ਦਾ ਯਾ। ਆਈ ਡੋਨਟ ਲਾਈਕ ਸ਼ੇਸ਼। ਕੀ ਬਾਤ? ਸ਼ਟ ਅਪ। ਜ਼ਮਾਨੇ। ਮੈਂ ਇਸਕੋ ਕੜਾਈ ਸੋ। ਨਹੀਂ ਮੈਂ ਤਾਂ ਲੱਗਦਾ ਕੱਚੇ ਸੌਂ ਕੇ ਨਸ਼ੇ ਕਰਨ ਵਾਲੀ ਅਸੀਂ ਬਾਬੇ ਆ। ਅਰੇ ਸ਼ੇਖ ਰਸ਼ੀਦ ਸਾਹਿਬ ਆਏ ਨੇ, ਇੰਨੀ ਬਰੋਜ ਤੇਰੀ। ਬਾਬਾ ਜੀ, ਤੇ ਤੁਸੀਂ ਮੇਰਾ ਸਟੈਮਿਨਾ ਵਿੰਗਾ ਕਰ ਦਿੰਦੇ। ਬਾਬਾ ਬਾਬਾ ਜੀ, ਮੈਨੂੰ ਨਹੀਂ ਬਚੇ ਇੰਨਾ। ਨਾ ਮਰ ਤੂੰ ਬਾਬਾ, ਅਸੀਂ ਤਾਂ ਮੰਨ ਲਿਆ। ਮੁਨਕਰ ਹੋ ਕੇ ਮਰਾਂਗੀ ਬਾਬਾ ਜੀ। ਅੱਲਾ ਬਾਬਾ, ਕਸ਼ਤੀ ਵਾਲੀ ਸਰਕਾਰ, ਭੈਣ ਕੱਢ ਲੈ ਤੂੰ ਖਲੋਂਦਾ ਨੀ ਕਿਤੇ। ਬਾਬਾ ਜੀ, ਇਹ ਸਾਡੇ ਹੱਥਾਂ ਦੀ ਮਿਹਨਤ ਹੈ। ਇਹ ਕਿੱਥੋਂ ਦਾ ਪਾਣੀ ਬਾਬਾ ਜੀ? ਹੁਣ ਪੀ ਕੁੜੀਏ। ਕਿਉਂ ਮੈਂ ਕਿਉਂ ਪੀਆ ਤੇਰੀ ਮਲਾਣਾ? ਜੀ ਇਹ ਬਦਤਮੀਜ਼ੀ ਬੰਦ ਹੋ ਜਾਏਗੀ ਇਹਦੀ। ਪੀ ਲੈ। ਇਹ ਕੋਈ ਆਮ ਪਾਣੀ ਨਹੀਂ। ਇਹ ਕਿਹੜਾ ਪਾਣੀ ਹੈ ਬਾਬਾ ਜੀ? ਸਾਡੇ ਮੁਰਸ਼ਦ ਇਸ ਪਾਣੀ ਨਾਲ ਇਹ ਜਗ੍ਹਾ ਧੋਂਦੇ ਸਨ। ਸ਼ੁਕਰ ਹੈ ਬਾਬਾ ਜੀ, ਇੱਥੋਂ ਦੀ ਸਫਾ ਗੱਲੇ 'ਚ ਪਹੁੰਚ ਗਈ। ਕਿੱਥੋਂ ਲੱਭਦੀ ਜੇ ਇੱਥੋਂ ਦੀ ਮੈਲ? ਕੁੜੀਏ, ਤੇਰੇ ਘਰ 6 ਪੁੱਤਰ ਹੋਣਗੇ। ਮੇਰੇ ਘਰ ਇੱਕੋ ਦਿਨ 'ਚ? ਇੱਕ ਦਿਨ 'ਚ? ਫਿਰ ਤੈਨੂੰ ਪਤਾ ਲੱਗਣਾ ਟਰੱਕ ਦੀਆਂ ਹੈਡਲਾਈਟਾਂ ਵੱਡੀਆਂ ਕਿਉਂ ਹੁੰਦੀਆਂ। ਜਾਨ ਅੰਦਰ, ਤੈਨੂੰ ਗੁੱਸਾ ਨਾ ਚੜਾ, ਸਮਝ ਆਈ? ਤੂੰ ਮੇਰੀ ਸੁਹਾਗਰਾਤ ਖਰਾਬ ਕਰ ਰਿਹਾ। ਨਹੀਂ, ਜਾ ਤਿਆਰੀ ਕਰ। ਤਿਆਰੀ ਕਾਹਦੀ ਕਰਾਂ? ਸੁਹਾਗਰਾਤ ਦੀ ਤਮੀਜ਼ ਨਾਲ ਗੱਲ ਕਰ, ਮੈਂ ਸਾਰਾ ਕੁਝ ਚੁੱਕ ਤੇਰੀ ਨਾਸਾਂ 'ਚ ਤੁੰਨੇ। ਬੇਟਾ, ਅੱਜ ਤੇਰੇ ਗੁੱਸਲ ਦਾ ਟਾਈਮ ਹੈ, ਜਾ। ਚਲੋ ਜਾਨ, ਅੱਗੋ ਹੱਸਣਾ। ਇੱਕ ਮਿੰਟ, ਆਰਾਮ ਦੀ ਹੈ ਤੇਰੇ ਜਿਹੜਾ ਸੀ ਮਿਲ ਗਿਆ ਜੀ। ਚਲੋ ਜਾਨ ਅੰਦਰ, ਸਵਾਗਤ ਹੈ। ਚਲੋ ਜਾਨ, ਇਹਨਾਂ ਗੱਲਾਂ 'ਚ ਨਾ ਛੱਡੋ ਸੀ। ਤੁਸੀਂ ਚਲੋ, ਮੈਂ ਇਜਾਜ਼ਤ ਲੈ ਕੇ ਆਣਾ। ਕਿਹੜੀ ਇਜਾਜ਼ਤ? ਬਾਬਾ ਜੀ ਕੋਲੋਂ। ਮੈਂ ਇਹਨਾਂ ਨੂੰ ਇਜਾਜ਼ਤ ਦੇ ਦੇ, ਮੇਰੇ ਕੋਲ ਨਹੀਂ। ਮੇਰੇ ਕੋ ਕਸਮ ਚ ਕਾ ਲੋ, ਆ ਮੁੰਡਾ ਜੀ। ਆਹੋ
ਤੇ 12ਵੇਂ ਤੋਂ ਬਾਅਦ ਤੈਨੂੰ ਪਤਾ ਲੱਗੇਗਾ ਛਿਲ ਕੇ ਵੀ ਰੱਖ ਦਿੰਦੀ ਆ। ਬਾਬਾ ਜੀ ਮੈਨੂੰ ਬਚਾ ਲਓ ਕਿਤੇ ਮੈਨੂੰ ਨਾ ਪ੍ਰੈਗਨੈਂਟ ਕਰ ਦੇ। ਅਸੀਂ ਬਾਬੇ ਆ ਤੈਨੂੰ ਅੰਦਰ ਭੇਜ। ਨਾ ਜਾਵੇਗਾ ਆ ਨਾ ਲਾਓ ਤੁਸੀਂ ਮੇਰੇ ਨਾਲ। ਬਾਬਾ ਜੀ ਸਾਬ ਲਾ ਮੇਰੀ ਸੁਹਾਗ ਰਾਤ ਦੇ ਇਜਾਜ਼ਤ ਹੈ ਜ਼ਮਾਨ ਦੇ ਡੋਡੀ ਉਗਰਾ ਉਹ ਬੋਦ ਉਸਕੇ ਕੀ ਕਹਿੰਦਾ ਬਾਬਾ ਜੀ ਆ ਵੀ ਕੁੜੀ ਮੈਨੂੰ ਉਸੇ ਤੇਰੇ ਵਾਸਤੇ ਤੂੰ ਇਹਦੇ ਕੋਲ ਜਾਣਾ ਇਹਦੇ ਕਿਸੇ ਦੋਸਤ ਨੇ ਆ ਜਾਣਾ ਉਹਨੇ ਤੈਨੂੰ ਦੂਰਿਆਂ ਦੇਰਿਆਂ ਕਰ ਲੈਣਾ ਜਾ ਨਵਾਂ ਵਿਆਹ ਕਰ। ਕਿੱਥੋਂ ਕੁੜੀਆਂ ਲਈਆਂ ਵਾ ਬਾਬਾ ਜੀ ਇਹ ਬਾਹਰ ਨੌ ਫੋਟੋਆਂ ਲਾਈਆਂ ਅਮਲੇ ਨੂੰ ਲਾਈਆਂ ਪਿੱਛੇ ਮੇਕਅਪ ਕਰਨ ਲਈ ਧਰੂਗੇ ਲਿਆ ਤੇ ਪਿੱਛੇ ਤੁਹਾਡੀ ਬੁੱਢੀ ਵੀ ਹੈ ਨਾ ਉਹਨੂੰ ਪਹਿਲਾਂ ਲਿਆ। ਬਾਬਾ ਜੀ ਮੈਂ ਚੱਲਾਂ ਇਹਨੂੰ ਭੇਜ ਦਿਓ ਉਸ ਜ਼ਮਾਨੇ ਤੇ ਜਲਦੀ ਜਾ। ਬਾਬਾ ਕਿੱਧਰ ਭੇਜਿਆ ਈ ਪੁੱਛ ਲੈ ਹਲੇ ਓਏ।